ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਅਤੇ ਲਓ ਜੀ, ਇੱਧਰ ਆ ਗਿਆ ਜੀ ਸੁਖਮਨ। ਤੜਕੇ ਤੜਕੇ ਸੰਡੇ ਆ ਅਤੇ ਕਹਿੰਦਾ ਮੈਂ ਜਾਣਾ ਸਕੂਲ। ਸਤਿ ਸ਼੍ਰੀ ਅਕਾਲ ਕਰਦੇ ਪੈਸੇ ਚੱਕੀ ਫਿਰਦਾ। ਸਤਿ ਸ਼੍ਰੀ ਅਕਾਲ। ਅਤੇ ਪੈਸੇ ਕਿੱਥੋਂ ਲਿਆਂਦੇ ਜਾ ਕੇ? ਉੱਥੋਂ। ਕਾਹਤੋਂ ਚੱਕੇ? ਕਾਹਤੋਂ ਚੱਕੇ ਹੈ? ਕੀ ਲੈ ਕੇ ਆਉਣਾ? ਚੱਲ ਰੋਟੀ ਖਾ ਚੱਲ ਕੇ, ਫਿਰ ਆਪਾਂ ਕੰਮ ਕਰਾਂਗੇ ਥੋੜ੍ਹਾ ਜਿਹਾ। ਤਿਆਰ ਹੋਇਆ ਫਿਰਦਾ ਸੁਖਮਨ। ਓਏ ਬਾਈ ਕਰਦੇ ਹਾਏ, ਲੱਗਦਾ ਛੇਤੀ ਧੁੱਪ ਨਿਕਲੂਗੀ। ਹੈ ਨਾ, ਨਿਕਲੂ ਧੁੱਪ ਕੇ ਨਿਕਲਦੀ ਨਹੀਂ। 11 ਵੱਜਣ ਵਾਲੇ ਹੋ ਗਏ, 11 ਵੱਜਣ ਵਾਲੇ ਹੋ ਗਏ ਸੁਖਮਨ, 11 ਵੱਜਣ ਵਾਲੇ ਹੋ ਗਏ। ਲਓ ਜੀ, ਸੁਖਮਨ ਲੱਗਾ ਸੀਗਾ ਸਿੱਖਣ 'ਤੇ ਜੀ, ਸਪਰਿੰਗ ਗਿਆ ਟੁੱਟ ਇਹ ਆਹ ਥਾਂ 'ਚੋਂ, ਨਾ ਸਪਰਿੰਗ ਗਿਆ ਟੁੱਟ ਇੱਥੋਂ, ਅਤੇ ਪਾਉਣੇ ਆਪਾਂ ਹੁਣ ਦੇਖਦੇ ਹਾਂ ਚਲਾ ਕੇ। ਸਿੱਖੀ ਨੇ ਹੀਟਰ ਉੱਚੇ ਰੱਖਤ, ਮੱਚ ਜਾਏਗਾ ਦੇਖ ਲਾ। ਠੰਡ ਦਾ ਨਾ ਮਾਣਦਾ ਹੋਇਆ ਸੁਖਚੈਨ ਸਿੰਘ ਮਾਣ, ਸੁਖਮਨ ਸਿੰਘ, ਸੁਖਮਨ ਹੋਏ ਸੁਖਚੈਨ ਕਿੱਧਰ ਗਏ? ਉੱਠੇ ਨੇ ਅੱਜ ਵਾਲੇ? ਹਾਏ 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 ਹਾਏ, ਆਇਆ ਸਿੱਖ ਲਾ, ਉੱਤੇ ਕਰ ਲਾ ਮਾੜੀ ਨਿੱਜੀ ਨੋਜੀ 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 ਸਕਾਲਾ, ਹੱਥ ਦੂਰ ਰੱਖ। ਹਾਏ ਹੱਥ ਦੂਰ ਰੱਖੀ, ਨੋਜੀ ਸਕਾਲਾ। ਕਿਵੇਂ ਲੱਗਦਾ ਗਰਮ ਗਰਮ? ਚੰਗਾ ਲੱਗਦਾ? ਅੱਖਾਂ ਡਿੱਪਰ ਮਾਰਦੀ ਗੱਡੀ, ਡਿੱਪਰ ਮਾਰਦੀ ਗੱਡੀ, ਆ ਦੂਰ ਰੱਖੀ ਚੰਗਾ। ਹੁਣ ਧੁੱਪ ਨਿਕਲੇ ਉੱਧਰ ਬਾਹਰ ਨਿਕਲਦੀ ਹੁੰਦੀ ਹੈ। ਲਓ ਜੀ ਬਾਈ, ਆਪਾਂ ਆ ਗਏ ਸੀਗੇ ਜੀ ਖੇਤ, ਰੇਹ ਦੇ ਗੱਟੇ ਲੈ ਕੇ ਦੋ, ਅਤੇ ਇੱਕ ਸਲਫਰ ਆਪਾਂ ਆ ਪਾਈ ਹੈ ਜੀ, ਤੁਸੀਂ ਦੇਖ ਸਕਦੇ ਹੋ। ਇਹ 3 ਕਿਲੋ ਸੀਗੀ 80% ਵਾਲੀ, ਅਤੇ ਇਹ ਹੈਗੀ ਹੈ ਜੀ ਆਹ ਜੀ, ਤੁਸੀਂ ਦੇਖ ਸਕਦੇ ਹੋ। ਇਹ ਲਿਆਉਂਦੇ ਜੀ ਆਪਾਂ ਸਟੈਡੀ 'ਚੋਂ, ਦੇਖ ਸਕਦੇ ਹੋ ਤੁਸੀਂ, ਇਹ ਸਟੈਡੀ ਵਾਲੀ ਹੈ। ਅਤੇ ਆਹ ਲਿਆਉਂਦੀ ਹੈ ਆਪਾਂ ਊਂ ਬਾਹਰੋਂ ਜੀ 80% ਵਾਲੀ, ਅਤੇ ਦੇਖ ਸਕਦੇ ਹੋ WDG, ਅਤੇ ਯੂਰੀਆ 'ਚ ਥੋੜ੍ਹਾ ਛਿੱਟਾ ਪਾ ਕੇ ਅਤੇ ਰਲਾ ਕੇ ਅਤੇ ਆਪਾਂ ਦੇਣ ਲੱਗੇ ਜੀ ਇੱਧਰ ਛਿੱਟਾ। ਅਤੇ ਥੋੜ੍ਹੀ ਜਿਹੀ ਨਾ ਇੱਕ ਕਿਸਾਨ ਭਰਾ ਦਾ ਜਿਹੜਾ ਕਿਸੇ ਨੇ ਰਾਤ ਨੂੰ ਪਾਣੀ ਭਰਤਾ ਸੀਗਾ, ਹੈ ਨਾ, ਆਪਦੀ ਬਜਾਏ, ਅਤੇ ਦੂਸਰੇ ਦਾ ਜਿਹੜਾ ਵਾਹਣ ਸੀਗਾ ਵਿਚਾਰੇ ਦਾ ਠਿੱਕ 'ਤੇ ਲਿੱਤਾ ਸੀਗਾ, ਅਤੇ ਕੋਲੇ ਖੜ੍ਹ ਕੇ ਨੱਕੇ ਵੜ ਵੜ ਕੇ ਜਿਹੜਾ ਸਾਰਾ ਵਾਹਣ ਭਰਿਆ, ਹੈ ਨਾ, ਬਹੁਤ ਮਾੜੀ ਗੱਲ ਆ, ਹੈ ਨਾ। ਵੀਡੀਓ ਵੀ ਦੇਖੀ ਸੀਗੀ ਆਪਾਂ, ਅਤੇ ਉਸ ਤਰ੍ਹਾਂ ਹੀ ਹੁਣ ਥੋੜ੍ਹਾ ਜਿਹਾ ਮੇਰੇ ਹਾਲ ਆ, ਤੁਸੀਂ ਦੇਖ ਸਕਦੇ ਹੋ, ਹੈ ਨਾ। ਅਤੇ ਇੱਥੋਂ ਦੇ ਨਾ ਖਾਲ ਜਾਂਦਾ ਸਾਰਾ, ਉੱਥੋਂ ਨਾ ਤਿਰਿਆ ਪਿਆ, ਉਹ ਪੱਕਾ ਖਾਲ ਜਾਂਦਾ ਹੈਗਾ। ਨਾਲੇ ਆਪਣੇ ਵਾਹਣ ਵੀ ਫਰੀ ਤਾਂ ਦਿੱਤਾ ਹੋਇਆ, ਗੇੜੇ ਵਾਲੇ ਆਉਂਦੇ ਆ, ਐਂ ਨਹੀਂ ਹੈਗਾ ਵੀ ਕੋਈ ਟੱਕ ਜਾਂ ਮਾੜਾ ਮੋਟਾ ਵੀ ਰੱਖ ਵੀ ਪਾਣੀ ਨਿਕਲਣ ਜਾਂ ਆਪਾਂ ਹਟਾ ਦਈਏ, ਹੈ ਨਾ। ਅਤੇ ਸਾਰਾ ਉੱਤੋਂ ਦੀ ਖਾਲ ਤਿਰਿਆ ਪਿਆ ਹੈਗਾ, ਅਤੇ ਉੱਧਰਲੇ ਪਾਸੇ ਨਾ ਪਾਣੀ ਪਾਣੀ ਫਿਰਦਾ ਉਸ ਸਾਈਡ 'ਤੇ, ਨਾ ਸਾਰਾ ਪਾਣੀ ਪਾਣੀ ਫਿਰਦਾ ਉੱਧਰਲੀ ਸਾਈਡ 'ਤੇ। ਪਾਣੀ ਹਾਲੇ ਪਹਿਲਾਂ ਨਹੀਂ ਐਟਰ ਸੀ, ਦੁਬਾਰੇ ਉੱਤੋਂ ਦੀ ਪਾਣੀ ਹੋਰ ਲਾਤਾ, ਅਤੇ ਉਹ ਕਣਕ ਨਾ ਜਮ੍ਹਾਂ ਮੱਚੂਗੀ ਮੇਰੇ ਹਿਸਾਬ ਨਾਲ ਤਾਂ ਇਹ। ਹੁਣ ਸਲਫਰ ਸਿੱਟੀ ਇੰਨਾ ਵਿਚਰ ਲਾ ਕੇ ਯੂਰੀਆ 'ਚ ਵੀ ਸ਼ਾਇਦ ਕੀ ਆ, ਕੋਈ ਨਾ ਕੋਈ ਫਾਇਦਾ ਹੋ ਜਾਵੇ, ਧੁੱਪ ਵੀ ਨਹੀਂ ਲੱਗਦੀ ਉੱਤੋਂ। ਅਤੇ ਜਿਹੜਾ ਇਸ ਤਰ੍ਹਾਂ ਅਣਗਹਿਲੀ ਕਰਦਾ ਜਾਂ ਕੁਛ ਵੀ ਕਰਦਾ, ਜਾਣ ਬੁੱਝ ਕੇ ਲਾਉਂਦਾ ਜਾਂ ਕਿਸੇ ਦੇ ਹੋਰ ਦੇ ਵੀ ਪਾਣੀ, ਹੈ ਨਾ, ਉਹ ਵੀਡੀਓ ਵਾਲ 'ਚ ਵੀ ਦੇਖਿਆ ਸੀ, ਜਿਹੜੇ ਜਾਣ ਬੁੱਝ ਕੇ ਲਾਇਆ ਵੈਸੇ ਉਹ ਬੰਦਾ ਉਹੋ ਜਿਹੀ ਪਰਮਾਤਮਾ ਆਪੇ ਕਰ ਦਿੰਦਾ। ਜੇ ਕਿਸੇ ਦਾ ਆਪਾਂ ਮਾੜਾ ਸੋਚਾਂਗੇ ਤਾਂ ਉਦੋਂ ਪਹਿਲਾਂ ਆਪਣੇ ਮਾੜਾ ਜਿਹੜਾ ਹੋ ਜਾਂਦਾ ਗਾ। ਇਹ ਬਹੁਤ ਗੱਲਾਂ ਪ੍ਰਤਿਆਂਗਾਂ ਵੀ ਹੋਈਆਂ ਨੇ ਵੈਸੇ ਮੇਰੀਆਂ ਤਾਂ, ਅਤੇ ਮਾੜੀ ਗੱਲ ਆ, ਹੈ ਨਾ, ਕਿਸੇ ਦੀ ਵੀ ਰਾਤ ਨੂੰ ਤੁਹਾਡੇ ਕੋਲ ਇੰਨੇ ਪਹਿਲਾਂ ਤੁਸੀਂ ਆਪਦੇ ਚੰਗੀ ਤਰ੍ਹਾਂ ਪਾਣੀ ਲਾ ਲਓ, ਝੋਨੇ ਵੇਲੇ ਤਾਂ ਇੱਕ ਬੂੰਦ ਨਹੀਂ ਟੱਪਣ ਦਿੰਦੇ ਕਿਸੇ ਪਾਸੇ, ਅਤੇ ਉਹ ਸਾਰਾ ਖਾਲ ਨਾ ਉੱਥੋਂ ਹੀ ਨਾ ਸਾਰਾ ਤਿਰਕੇ ਅਤੇ ਦੁਬਾਰੇ ਲੱਗਿਆ ਫਿਰਦਾ ਉਹ 7 ਕਨਾਲਾਂ ਭਰ ਲਿਆ। ਇਹੋ ਜਿਹੇ ਹਾਲ ਆ ਲੋਕਾਂ ਦੇ, ਅਤੇ ਉਹਦੇ ਵੀ ਕਿਸਾਨ ਭਰਾ ਦੇ ਠੇਕੇ 'ਤੇ ਜਿਹੜੀ ਪੈਲੀ ਲੈਤੀ ਸੀ ਉਹਦੇ ਵੀ ਜਾਣ ਬੁੱਝ ਕੇ, ਹੈ ਨਾ, ਸਾਰਾ ਪਾਣੀ ਪਾਇਆ, ਕੋਲੇ ਖੜ੍ਹ ਕੇ ਨੱਕੇ ਬੰਨੇ ਲਾਇਆ ਇੰਨੀ ਠੰਡ ਉੱਤੋਂ, ਅਤੇ ਬਹਿਸ ਤਾਂ ਕਰਨੋਂ ਨਹੀਂ ਹਟਦੇ ਲੋਕ, ਪਤਾ ਨਹੀਂ ਕੀ ਮਿਲਦਾ, ਹੈ ਨਾ। ਅਤੇ ਪਰਮਾਤਮਾ ਹੀ ਫਿਰ ਉੱਥੇ ਹੀ ਰੱਖਦਾ ਬਈ, ਗੱਲ ਨੋਟ ਕੀਤੀ ਹੋਈ ਆਪਾਂ ਤਾਂ। ਅਤੇ ਤੁਹਾਨੂੰ ਇੱਕ ਵਾਰੀ ਫਿਰ ਦਿਖਾਉਂਦਾ ਵੀ ਆਹ ਸਲਫਰ ਆਪਾਂ 3 ਕਿਲੋ ਜਿਹੜੀ ਪਾਈ ਆ 80% ਵਾਲੀ, ਅਤੇ ਉੱਧਰ ਤੁਸੀਂ ਦੇਖਦੇ 90 ਵਾਲੀ ਸੁਪਰ, ਹੈ ਨਾ, ਅਤੇ ਉੱਧਰ ਦੇਖ ਸਕਦੇ ਹੋ ਯੂਰੀਆ ਦੇ ਵਿੱਚ ਰਲਾਈ ਆਪਾਂ ਚਿੱਟਾ ਦੇ ਕੇ ਥੋੜ੍ਹਾ ਜਿਹਾ ਪਾਣੀ ਦਾ, ਅਤੇ ਇਹ ਆ ਸਲਫਰ 90% ਵਾਲੀ, ਅਤੇ ਇਹ ਆਪਾਂ ਲਿਆਉਂਦੀ ਸਟੱਡੀ 'ਚੋਂ, ਅਤੇ ਆਹ ਪਾਉਣ ਲੈਤੀ ਸੀ ਲੋਕਲ ਪ੍ਰਾਈਵੇਟ ਦੁਕਾਨ ਤੋਂ, ਅਤੇ ਯੂਰੀਆ 'ਚ ਰਲਾ ਰੱਖੇ ਆਪਾਂ। ਸੂਰਜ ਵੀ ਜਿਹੜਾ ਟਾਵਾਂ ਟਾਵਾਂ ਜਿਹਾ ਨਿਕਲਦਾ ਆਉਂਦਾ ਗਾ, ਉਹ ਦੇਖੋ
ਅਤੇ ਕਾਫ਼ੀ ਜਿਹੜੀ ਠੰਡ ਆ, ਪੂਰਾ ਠੰਡਾ ਮੌਸਮ ਹੈ ਕਿ ਜਿੰਨਾ ਵੀ ਕਹਿ ਦਈਏ ਆਪਾਂ, ਅਤੇ ਸ਼ਹੀਦੀ ਦਿਹਾੜੀ ਦੇ ਦਿਨ ਚੱਲ ਰਹੇ ਨੇ ਹੈ ਨਾ ਸੋਗ ਵਾਲੇ। ਅਤੇ ਮੇਰੇ ਨਾ ਇੱਧਰ ਦੁਬਾਰੇ ਜਿਹੜਾ ਪਾਣੀ ਪਿਆ ਉਹਨੇ ਕੰਮ ਥੋੜ੍ਹਾ ਜਿਹਾ ਖਰਾਬ ਕਰਤਾ, ਅਤੇ ਉਸ ਕਾਰਨ ਹੀ ਮੈਨੂੰ ਦੁਬਾਰੇ ਜਿਹੜੀ ਰੇਹ ਪਾਉਣੀ ਪੈ ਗਈ। ਉਹ ਤਾਂ ਪਾਉਣੀ ਵੀ ਸੀ ਵੈਸੇ, ਅਤੇ ਉੱਧਰ ਪਾਣੀ ਫਿਰਦਾ ਜਿਹੜਾ ਉਹ ਕੰਮ ਗਲਤ ਆ। ਚਲੋ ਰੱਬ ਉੱਥੇ ਹੀ ਰੱਖਦਾ ਗਾ ਬਈ, ਜਿੰਨਾ ਮਰਜ਼ੀ ਕੋਈ ਕੋਸ਼ਿਸ਼ ਕਰ ਲਏ ਹੈ ਨਾ। ਅਤੇ ਚਲੋ ਜੀ ਸਿੱਟ ਕੇ ਫਿਰ ਉਦੋਂ ਬਾਅਦ ਆਪਾਂ ਪੜ੍ਹਦੇ ਹਾਂ ਕੱਖ ਇੱਧਰੋਂ, ਅਤੇ ਇੱਕ ਘੱਟਾ ਰਹਿ ਗਿਆ ਸਿੱਟਣ ਵਾਲਾ, ਅਤੇ ਜਮੀਂ ਦੇ ਵਿੱਚ ਸਰੋਂ ਹੈ, ਪੱਕੀ ਪੱਕ ਜੇ ਚੱਲੀ ਵੈਸੇ ਸਰੋਂ ਦਾ। ਅਤੇ ਮੇਰੀ ਜਮੀਂ ਵੀ ਜਿਹੜੀ ਉਹ ਨਾ ਬੱਲੀਆਂ ਕੱਢੇ ਨਿਸਰੇ ਜਮੀਂ ਵੀ ਇਹ ਪੱਕ ਗਈ, ਮੈਂ ਇੱਥੋਂ ਚਾਰੇ ਨਹੀਂ ਕਿਹਾ, ਕਿਉਂਕਿ ਦੋ ਮੈਂ ਸਣੇ ਅਤੇ ਡੇਢ ਕੁ ਨਾਲ ਆਪਾਂ ਜਿਹੜੀ ਜਮੀਂ ਬੀਜੀ ਆ। ਅਤੇ ਪਹਿਲਾਂ ਸਾਡੇ ਇੱਥੇ ਹਰਾ ਬਹੁਤ ਘੱਟ ਆਉਂਦਾ, ਇੱਥੇ ਮੈਂ ਦੋ ਤਿੰਨ ਵਾਰੀ ਜਦੋਂ ਸਲਫਰ ਪਾ ਕੇ ਸਿੱਟੀ ਤਾਂ ਉਹੀ ਪਾਣੀ ਸੋਕਣ ਲੱਗ ਗਿਆ, ਅਤੇ ਹਰਾ ਤੁਹਾਡੇ ਸਾਹਮਣੇ ਹੈ ਨਾ। ਇੱਦੋਂ ਪਹਿਲਾਂ ਵੀ ਝੋਨੇ ਵਿੱਚ ਤੁਸੀਂ ਵੀਡੀਓ ਦੇਖੀਆਂ ਹੋਣੀਆਂ, ਉਹ 'ਚ ਵੀ ਜਿਹੜਾ ਬਾਜਰਾ ਬਹੁਤ ਸੋਹਣਾ ਖੜ੍ਹਾ ਜੀ, ਮੱਕੀ ਤਾਂ ਨਹੀਂ ਖੜ੍ਹ ਹੋਈ, ਐਵੇਂ ਕਹਿੰਦੇ ਆ ਪਾਣੀ ਦੀ ਜ਼ਿਆਦਾ ਮਾਰਨ ਦੇ ਕਾਰਨ ਉਹ ਮੱਚ ਗਈ ਸੀਗੀ। ਕੋਈ ਵੀ ਚੀਜ਼ ਆ ਵੈਸੇ ਪਾਣੀ ਭਾਲਦੀ ਨਹੀਂ ਹੁੰਦੀ, ਕਣਕ ਵੀ ਨਹੀਂ ਭਾਲਦੀ ਗਈ, ਝੋਨਾ ਵੀ ਆਖੀਏ ਤਾਂ ਇਕੱਲਾ ਕੱਖਾਂ ਤੋਂ ਹੁੰਦਾ, ਥੋੜ੍ਹਾ ਜਿਹਾ ਖਿਲਾਰਨ, ਉਦੋਂ ਬਾਅਦ ਲੋੜ ਹੀ ਨਹੀਂ ਪੈਂਦੀ ਝੋਨੇ ਦੀ ਪਾਣੀ ਜ਼ਿਆਦਾ ਲਾਉਣ ਦੀ। ਵਿੱਚ ਤਾਂ ਕਈ ਥਾਂ 'ਤੇ ਡ੍ਰਿਪ ਸਿਸਟਮ ਵਾਲਾ ਜਿਹੜਾ ਚੱਲਦਾ ਸਿਸਟਮ ਬਹੁਤ ਵਧੀਆ ਹੈਗਾ, ਉਹ ਕਣਕ ਵੀ ਦੁੱਗਣੀ ਨਿਕਲਦੀ ਆ। ਅਤੇ ਚਲੋ ਜੀ ਸਿੱਟ ਕੇ ਫਿਰ ਆਪਾਂ ਦਵਾ ਦਾ